ਅਸਲਾਮੁਅਲੈਕੁਮ ਜੀ, ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ ਤੇ ਮੇਰੇ ਨਾਲ ਪੁੱਦਰ ਸਾਹਿਬ ਤੇ ਪਿੱਛੇ ਅਮਰਿੰਦਰ ਬੁੱਟਰ ਸਾਹਿਬ ਸਾਡੇ ਦੋਸਤ ਨੇ ਜੀ, ਅੰਮ੍ਰਿਤ ਖਰੋੜ। ਹਾਂਜੀ, ਉਹਨਾਂ ਦੇ ਰਿਲੇਟਿਵ ਨੇ। ਉਹਨਾਂ ਦੀ 8ਵੀਂ ਪੀੜ੍ਹੀ ਜਿਹੜੀ ਆ ਉਹ ਪਡਾਣਾ ਤੋਂ ਬਿਲੋਂਗ ਕਰਦੇ ਨੇ, ਸਰਦਾਰ ਜਵਾਲਾ ਸਿੰਘ ਸੰਧੂ। ਉਹਨਾਂ ਦੀ ਪੀੜ੍ਹੀ ਦੇ ਨਾਲ ਉਹਨਾਂ ਦੇ ਨਾਲ ਉਹਨਾਂ ਦਾ ਹੈ ਫੈਮਿਲੀ ਟ੍ਰੀ ਆ। ਸੋ ਅੱਗੇ ਗਏ ਤੇ ਕਾਫੀ ਵਾਰ ਆਪਾਂ ਉਸ ਪਿੰਡ ਦੇ ਵਿੱਚ, ਤੇ ਅੱਜ ਖਾਸ ਤੌਰ ਤੇ ਅੰਮ੍ਰਿਤ ਹੋਣਾ ਦੀ ਫਰਮਾਇਸ਼ 'ਚ ਅਸੀਂ ਚੱਲੇ ਹਾਂ ਜੀ। ਬੁੱਟਰ ਸਾਹਿਬ ਆਏ ਸੀ ਕੈਨੇਡਾ ਤੋਂ ਸਪੈਸ਼ਲ ਉਸ ਪਿੰਡ ਦੇ ਵਿੱਚ, ਦੁਬਾਰਾ ਜਵਾਲਾ ਸਿੰਘ ਸੰਧੂ ਹਵੇਲੀ, ਉੱਥੇ ਗੁਰਦੁਆਰਾ ਸਾਹਿਬ ਹੈ 6ਵੀਂ ਪਾਤਸ਼ਾਹੀ, ਉਹ ਵੀ ਵੇਖਾਂਗੇ ਪਡਾਣੇ। ਅਤੇ ਜੁੜੇ ਰਹਿਣਾ ਮੇਰੇ ਇਸ ਵਲੌਗ ਦੇ ਨਾਲ। ਸੜਕਾਂ ਬਹੁਤ ਟੁੱਟੀਆਂ, ਇਮਰਾਨ ਖਾਨ ਜਾਂਦੇ ਜਾਂਦੇ ਬਣਾ ਕੇ ਨਹੀਂ ਗਿਆ, ਅਤੇ ਅਸੀਂ ਹਜੋਕੇ ਲੈਂਦੇ ਜਾਂਦੇ। ਹਵੇਲੀਆਂ ਬਣਾਉਂਦੇ ਸੀ ਜਾਂ ਕਿਵੇਂ, ਕਿਹੜੀ ਹਾਲਾਤ ਚ ਆਪਾਂ ਦੇਖਦੇ ਚੱਲ ਕੇ ਆਜੋ। ਬਾਲ ਇਕੱਠੇ ਹੋਣੇ ਹੋ ਗਏ ਸ਼ੁਰੂ, ਬੁੱਟਰ ਸਾਹਿਬ ਤੁਹਾਨੂੰ ਵੇਖ ਕੇ ਬਾਲ ਵਾਵਾ ਇਕੱਠੇ ਹੋ ਗਏ। ਜਵਾਲਾ ਸਿੰਘ ਸੰਧੂ ਜਨਾਬ ਸਾਡੇ ਨਾ, ਜਿੱਥੋਂ ਸਾਡੀ ਫੈਮਿਲੀ ਟ੍ਰੀ ਪੈਡੀਗ੍ਰੀ ਸਟਾਰਟ ਹੁੰਦਾ ਹੈ, ਉਹ ਸਰਦਾਰ ਜਵਾਲਾ ਸਿੰਘ ਸੰਧੂ ਤੋਂ ਹੁੰਦਾ ਹੈ, ਅਤੇ ਸਾਰੀ ਉਹਨਾਂ ਦੀ 8ਵੀਂ ਪੀੜ੍ਹੀ ਵਿੱਚੋਂ। ਅਤੇ ਸਰਦਾਰ ਜਵਾਲਾ ਸਿੰਘ ਸੰਧੂ ਮਹਾਰਾਜਾ ਰਣਜੀਤ ਸਿੰਘ ਲਾਈਨ ਆਫ ਪੰਜਾਬ ਅਤੇ ਸਰਦਾਰ ਜਵਾਲਾ ਸਿੰਘ ਸੰਧੂ ਜੀ ਜੀ ਜਵਾਲਾ ਸਿੰਘ ਬੇਸਮੈਂਟ ਵੀ ਹੈ ਜੀ, ਅਕੋਰਡਿੰਗ ਟੂ ਐਲਡਰ ਉਹਨਾਂ ਦੇ ਉਸਦੇ ਅੰਦਰ ਲਿਖਾ ਹੈ ਕਿ ਉਹ ਜਲਦੀ ਸੀ ਸ਼ਾਲਾ ਮਾਰ ਪਾਗ ਵਾਲੇ ਉਹਦੇ ਨਾਲ ਲਿਖਾ। ਇੱਧਰ ਵੇਖਣਾ, ਇੱਧਰ ਨੂੰ ਵੇਖਿਓ ਬੁੱਟਰ ਸਾਹਿਬ। ਚਲੋ
हाँ जी बुट्टर साहब कितने पहुंच गए? ਅਸੀਂ ਪਹੁੰਚ ਗਏ ਜੀ ਸਰਦਾਰ ਜਵਾਲਾ ਸਿੰਘ ਦੀ ਹਵੇਲੀ 'ਚ ਅਤੇ ਕੀ ਸੀ ਸਾਨੂੰ ਫਰਮਾਇਸ਼ ਭੈਣ ਜੀ ਹੋਣਾਂ ਦੀ ਸਰਦਾਰ ਗੁਰਦਿਆਲ ਸਿੰਘ ਦੀ ਅੱਠਵੀਂ ਜਨਰੇਸ਼ਨ ਜਿਹੜੀ ਉਹਨਾਂ ਵੱਲੋਂ ਸੀ ਤੁਹਾਡੇ ਰਾਹੀਂ? ਹਾਂਜੀ ਇੱਕ ਮੇਰਾ ਦੋਸਤ ਅੰਮ੍ਰਿਤ ਉਹਨਾਂ ਦੇ ਫਿਆਂਸੇ ਜਿਹੜੇ ਮੈਨੂੰ ਉਹਨਾਂ ਦਾ ਪਤਾ ਲੱਗਾ ਕਿ ਉਹ 8th ਜਨਰੇਸ਼ਨ ਹੈਗੀ ਆ ਜੀ ਜਵਾਲਾ ਸਿੰਘ ਜੀ ਦੀ ਅਤੇ ਉਹਨਾਂ ਦੀ ਮੈਨੂੰ ਰਿਕੁਐਸਟ ਆਈ ਕਿ ਜਾ ਕੇ ਤੁਸੀਂ ਮਿਲ ਕੇ ਜ਼ਰੂਰ ਆਇਓ ਅਤੇ ਅੱਜ ਆਪਾਂ ਇਹਨਾਂ ਨਾਲ ਜਾਣਕਾਰੀ ਲੈਂਦੇ ਹਾਂ ਕਿ ਉਹ ਕਿਵੇਂ ਉਹਨਾਂ ਦੇ ਗ੍ਰੇਟ ਗ੍ਰੈਂਡਫਾਦਰ ਸ਼ਾਇਦ ਬਿਲਕੁਲ ਜੀ ਸਾਡੇ ਜਿਹਦੇ ਦਾਦਾ ਜੀ ਸਨ ਗ੍ਰੈਂਡ ਫਾਦਰ ਉਹਨਾਂ ਦੇ ਨਾ ਜੀ ਵਾਲ ਸਾਹਿਬ ਦੇ ਰੀਅਲ ਬ੍ਰਦਰ ਸਨ ਜਿਹਦੇ ਲੈਫਟੀਨੈਂਟ ਜਨਰਲ ਸਰਦਾਰ ਗੁਰਦਿਆਲ ਸਿੰਘ ਸੰਧੂ ਸਨ ਅਤੇ ਉਹਨਾਂ ਨੇ ਜਨਾਬ ਨੇਫਾ ਦੇ ਮੁਕਾਮ ਤੋਂ ਨਾ ਵੀਰ ਚੱਕਰ ਜੀ ਸਾਡੇ ਇੱਧਰ ਦਾ ਨਿਸ਼ਾਨੇ ਆਦਰ ਉੱਧਰ ਦਾ ਵੀਰ ਚੱਕਰ ਉਹਨਾਂ ਨੇ ਹਾਸਿਲ ਕੀਤਾ ਜੀ ਬਹਾਦਰੀ ਦਾ ਨਿਸ਼ਾਨ ਉਹਨਾਂ ਨੂੰ ਜਬਰੀ ਰਿਟਾਇਰਮੈਂਟ ਕਰ ਦਿੱਤਾ ਗਿਆ ਸੀ ਬੜਾ ਫੇਮਸ ਹੈ ਜੀ ਗੂਗਲ 'ਤੇ ਤੁਸੀਂ ਸਰਚ ਕਰੋ ਨਾ ਬੰਬੇ ਹਾਊਸ ਦਾ ਵਾਕਿਆ ਮਨਾਰਜੀ ਦੇਸਾਈ ਉਦੋਂ ਪੀ ਐੱਮ ਸੀ ਅਤੇ ਸਾਡੇ ਵੱਡੇ ਨਾਲ ਜਿਹੜਾ ਡਰਿੰਕ ਤੁਹਾਨੂੰ ਪਤਾ ਸਰਦਾਰਾਂ ਦੀ ਖਸਲਤ ਹੁੰਦੀ ਯੂਨੀਕ ਚੀਜ਼ ਉਹ ਡਰਿੰਕ ਦੇ ਵਿੱਚ ਸਨ ਜੀ ਤੋ ਪੀ ਐੱਮ ਸਾਹਿਬ ਆਏ ਮਨਾਰਜੀ ਦੇਸਾਈ ਕਿ ਉਹਨਾਂ ਨੇ ਕਿਹਾ ਜੀ ਤੁਸੀਂ ਪੀ ਰਹੇ ਜੇ ਔਨ ਜੋਬ ਔਨ ਡਿਊਟੀ ਅਤੇ ਗੁਰਦਿਆਲ ਸਿੰਘ ਜੀ ਦੇ ਸਾਡੇ ਪੜਦਾਦਾ ਜੀ ਉਹਨਾਂ ਨੇ ਉੱਠ ਕੇ ਥੱਪੜ ਰਸੀਦ ਕੀਤਾ ਚਪੇੜ ਮਾਰੀ ਫਿਰ ਮਨਾਰਜੀ ਦੇਸਾਈ ਨੇ ਉਹਨਾਂ ਨੂੰ ਕਰ ਦਿੱਤਾ ਜਬਰੀ ਰਿਟਾਇਰਮੈਂਟ ਨਹੀਂ ਤੋ ਕਮਿੰਗ ਚੀਫ ਆਫ ਦੀ ਆਰਮੀ ਸਟਾਫ ਇੰਡੀਆ ਦੇ ਸਨ ਜੀ ਅਤੇ ਉਹਨਾਂ ਦੇ ਉੱਥੇ ਬੇਟੇ ਨੇ ਗੁਰਪ੍ਰੀਤ ਸਿੰਘ ਸੰਧੂ ਪੜ੍ਹਾਉਣੀ ਆ ਜੀ ਅਤੇ ਚੰਡੀਗੜ੍ਹ ਵਿੱਚ ਉਹਨਾਂ ਦੀ ਜਨਾਬ ਰਿਹਾਇਸ਼ ਰੈਜੀਡੈਂਸ਼ੀਅਲ ਉਹਨਾਂ ਦੇ ਉੱਥੇ ਅਸਾਮ ਦੇ ਚਾਹੇ ਦੇ ਬਾਗ ਆਦਿ ਨੇ ਅਲਾਟਮੈਂਟਾਂ ਨੇ ਅਤੇ ਆਉਂਦੇ ਜਾਂਦੇ ਨੇ ਜੀ ਉਹ ਨਾਲ ਸਾਡੇ ਵੱਡੇ ਨੇ ਸਰਦਾਰ ਪ੍ਰਿਤੀਪਾਲ ਸਿੰਘ ਸੰਧੂ ਉਹਨਾਂ ਦੇ ਚਾਚਾ ਦਾਦ ਭਾਈ ਉਹ ਸਾਲ 1.5 ਸਾਲ ਪਹਿਲੇ ਉਹਨਾਂ ਦੇ ਬੇਟੇ ਆਏ ਸਨ ਸਰਦਾਰ ਗੁਰਬਖਸ਼ ਸਿੰਘ ਫੈਮਿਲੀ ਵਾਵਾ ਵੱਡੀ ਹੋ ਗਈ ਨਾ ਬਹੁਤ ਜੀ ਵੱਡੀ ਹੋ ਗਈ ਤੁਸੀਂ ਆਪ ਦਾ ਵੀ ਤਾਰਫ ਕਰੋ ਕਿ ਤੁਸੀਂ ਉਹਨਾਂ ਨਾਲ ਆਮ ਉਹ ਵੀ ਬਸ਼ਾ ਆਏ ਤੇ 2-3 ਵਾਰੀ ਕਿ ਵਾਵਾ ਵਾਰੀ ਆਏ ਬਲਕਿ ਅਸੀਂ ਬਹੁਤ ਦਫਾ ਜੀ ਹੁਣ ਖਾਸ ਤੌਰ ਤੇ ਇਹਨਾਂ ਦੇ ਦੋਸਤ ਨੇ ਅੰਮ੍ਰਿਤ ਹੋਣੀ ਤੇ ਉਹਨਾਂ ਦੇ ਨੇਗੋ ਫਿਆਂਸ ਸੀ ਉਹਨਾਂ ਦੀ ਰਿਕੁਐਸਟ ਸੀ ਬਿਲਕੁਲ ਜੀ ਜਿਹਦੇ ਸਾਡੇ ਦਾਦਾ ਜੀ ਦੇ ਵਾਲਦ ਸਾਹਿਬ ਸਨ ਜੀ ਉਹਨਾਂ ਦੇ ਰੀਅਲ ਬ੍ਰਦਰ ਸਨ ਲੈਫਟੀਨੈਂਟ ਜਨਰਲ ਸਰਦਾਰ ਗੁਰਦਿਆਲ ਸਿੰਘ ਸਾਡਾ ਨਾਮ ਵੀ ਦੱਸੋ ਨਾ ਆਪਣਾ ਤੇ ਸਾਡਾ ਨਾਮ ਜਨਾਬ ਸਰਦਾਰ ਸੈਫੁੱਲਾ ਸੰਧੂ ਜੀ ਮੈਂ ਸਮਝੋ 5ਵੀਂ ਪੀੜ੍ਹੀ ਆ ਜੀ ਲੈਫਟੀਨੈਂਟ ਜਨਰਲ ਗੁਰਦਿਆਲ ਸਿੰਘ ਸੰਧੂ ਜੀ ਤੇ ਉਹਨਾਂ ਦੇ ਭਾਈ ਦੀ ਸਰਦਾਰ ਹਰਚਰਨ ਸਿੰਘ ਸੰਧੂ ਜੀ ਤੁਹਾਡੇ ਫਾਦਰ ਦਾ ਨਾਮ ਸਾਡੇ ਫਾਦਰ ਦਾ ਨਾਮ ਜੀ ਸਰਦਾਰ ਅਸਦੁੱਲਾ ਸੰਧੂ ਕਿਉਂਕਿ ਸਾਡੀ 4 ਜਨਰੇਸ਼ਨ ਮੁਸਲਮਾਨ ਅਸੀਂ ਹੋ ਗਏ ਹਾਂ 1942 ਦੇ ਵਿੱਚ ਨਾ ਅਸੀਂ ਮੁਸਲਮਾਨ ਹੋ ਗਏ ਸਨ ਤੇ ਅਗਰ ਸਿੱਖ ਲਿਜ਼ਮ ਤੋਂ ਲਾਈਏ ਤਾਂ ਸਾਡੀ 8th ਜਨ ਨੇ ਤੇ ਅਗਰ ਮੁਸਲਮ ਹੋਏ ਤਾਂ 4th ਜਨਰੇਸ਼ਨ ਹੈ ਸਾਡੀ ਮੁਸਲਮਾਨ ਤੇ ਆ ਜੀ ਅੱਗੇ ਉਹਨਾਂ ਦੇ ਗੁਰਦਿਆਲ ਸਿੰਘ ਸੰਧੂ ਸਾਹਿਬ ਦੇ ਅੱਗੇ ਪੋਤਰੇ ਪੋਤਰੀਆਂ ਵੀ ਇੱਥੇ ਹੈ ਜੀ ਹਰਸਿਮਰਨ ਕੌਰ ਜੀ ਉਹਨਾਂ ਦੀ ਹਰਸਿਮਰਨ ਸਿੰਘ ਸੰਧੂ ਉਹਨਾਂ ਦੇ ਅੱਗੇ ਪੋਤਰੇ ਨੇ ਤੇ ਬੜਾ ਜੀ ਮੂੰਹ ਪਿਆਰ ਜੀ ਉੱਥੇ ਫਿਰ ਫੇਸਬੁੱਕ ਤੇ ਵਟਸਐਪ ਤੇ ਇਹਦੇ ਬੜਾ ਜੀ ਕਨਵਰਸੇਸ਼ਨ ਸਾਡੀ ਹੁੰਦੀ ਰਹਿੰਦੀ ਬਹੁਤ ਚੰਗਾ ਲੱਗਿਆ ਹਵੇਲੀ ਨੂੰ ਹੋ ਗਏ ਹੁਣ 250 ਸਾਲ ਬਿਲਕੁਲ ਜੀ 250-300 ਸਾਲ ਹੋ ਗਏ ਨੇ ਜੀ ਬਹੁਤ ਵਧੀਆ ਲੱਗਾ ਜੀ ਤੁਹਾਡੀ ਮਿਹਰਬਾਨੀ ਢਿੱਲੋਂ ਸਾਹਿਬ ਜੀ ਆਇਆਂ ਨੂੰ ਜਨਾਬ ਢਿੱਲੋਂ ਸਾਹਿਬ ਨਾਲ ਹਮੇਸ਼ਾ ਗਿਲਾ ਰਹਿੰਦਾ ਢਿੱਲੋਂ ਸਾਹਿਬ ਨਾਲ ਜੀ ਆਣ ਕੇ ਥਾ ਸੋਟਾ ਮਾਰਦੇ ਨੇ ਸਰਪ੍ਰਾਈਜ਼ ਦਿੰਦੇ ਨੇ ਜੀ ਉਹ ਸਾਡਾ ਨਾ ਚਾਹ ਵੀ ਨਹੀਂ ਪੂਰਾ ਹੁੰਦਾ ਸੇਵਾ ਪਾਣੀ ਦਾ ਜਨਾਬ ਤੇ ਆਹ ਢਿੱਲੋਂ ਨਾਲ ਸਾਡਾ ਨਾ ਇਹਤਜਾਜ ਤੇ ਆਹ ਵੀ ਇੱਕ ਦਾ ਹੋਰ ਦਾ ਤੁਸੀਂ ਚਲਾਉਣਾ ਜੀ ਇਹਤਜਾਜ ਦੀ ਤੋੜ ਕਰ ਪਰ ਭਾਜੀ ਸਾਡੇ ਮਤਲਬ ਦਾ ਨਹੀਂ ਕੀ ਹੈ ਹਾਂ ਜੀ ਸਰਦਾਰ ਜੀ ਤੁਹਾਡੀ ਵਹੇਲੀ ਵੇਖਣ ਵਾਏ ਤਾਂ ਤੁਸੀਂ ਉਹ ਗੱਲ ਚਲਾਓ